ਮਾਹ ਹੋਇਆ ਹੈ ਅਖਬਾਰਾਂ ਬੋਲਦੀਆਂ ਸੈਗਮੈਂਟ ਦਾ ਵੱਡੇ ਆਰਥਿਕ ਅਪਰਾਧ ਪੰਜਾਬੀ ਟਰਬਿਊਨ ਅਖਬਾਰ ਹੈ ਔਰ ਅੱਜ ਹੀ ਸ਼ਬਿਆ ਹੈ ਚਲੰਤ ਮਾਮਲਿਆਂ ਦੇ ਉੱਤੇ ਬਹੁਤ ਸਾਰੀਆਂ ਘੱਟ ਅਖਬਾਰਾਂ ਨੇ ਜੋ ਚਲੰਤ ਮਾਮਲੇ ਤੇ ਆਰਟੀਕਲ ਲਿਖਦੀਆਂ ਨੇ ਅਖਬਾਰ ਲਿਖਦਾ ਹੈ ਕਿ ਅਮਰੀਕੀ ਪੱਤਰਕਾਰ ਚਾਰਲਸ ਲਿਊਸ ਦੁਆਰਾ 1989 ਵਿੱਚ ਸਥਾਪਿਤ ਕੀਤੀ ਗਈ ਗੈਰ ਮੁਨਾਫਾ ਸੰਸਥਾ ਸੈਂਟਰ ਫਾਰ ਪਬਲਿਕ ਇੰਟੈਗ੍ਰਿਟੀ ਜਨਤਕ ਈਮਾਨਦਾਰੀ ਲੀ ਸੈਂਟਰ ਇਹ ਨਾਮ ਹੈ ਪੰਜਾਬੀ ਚ ਉਹਨਾਂ ਨੇ ਰਥਾ ਕੀਤਾ ਹੈ ਨੇ ਪਿਛਲੇ 3 ਦਹਾਕਿਆਂ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਵੱਡੇ ਕੰਮ ਕੀਤੇ ਹਨ ਇਸ ਸੈਂਟਰ ਨੇ 1997 1997 ਵਿੱਚ 100 ਤੋਂ ਜ਼ਿਆਦਾ ਅਖਬਾਰਾਂ ਮੀਡੀਆ ਚੈਨਲ ਆਦ ਨਾਲ ਮਿਲ ਕੇ ਇੱਕ ਹੋਰ ਸੰਸਥਾ ਇੰਟਰਨੈਸ਼ਨਲ ਕਨਸਟੋਰਿਅਮ ਆਫ ਇਨਵੈਸਟੀਗੇਸ਼ਨ ਜਰਨਲਿਸਟ ਬਣਾਈ ਜਿਹੜੀ ਇਨੀ ਦਿਨੀ ਪੰਡੋਰਾ ਇਪਰਾਕਰਨ ਸੁਰਖੀਆਂ ਦੇ ਵਿੱਚ ਹੈ ਪੰਡੋਰਾ ਪੇਪਰਜ਼ ਉਹ ਦਸਤਾਵੇਜ਼ ਹਨ ਜਿਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਸੈਂਕੜੇ ਸਿਆਸਤਦਾਨਾ ਕਾਰੋਬਾਰੀਆਂ ਖਿਡਾਰੀਆਂ ਅਪਰਾਧੀਆਂ ਅਤੇ ਹੋਰਨਾ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਨੇ ਆਪਣੇ ਦੇਸ਼ ਆਪਣੀ ਕੰਟਰੀ ਆਪਣੇ ਦੇਸ਼ ਵਿੱਚੋਂ ਧਨ ਹੋਰ ਦੇਸ਼ਾਂ ਦੇ ਵਿੱਚ ਪਹੁੰਚਾਇਆ ਜਿੱਥੇ ਘੱਟ ਟੈਕਸ ਦੇਣ ਅਤੇ ਧਨ ਨੂੰ ਲੁਕਵੇਂ ਤਰੀਕੇ ਨਾਲ ਰੱਖਣ ਦੀਆਂ ਸਹੂਲਤਾਂ ਹਨ ਇਹ ਤਬਦੀਸ਼ ਕਰਨ ਵਿੱਚ ਇਸ ਕਨਸਟਰੋਰੀਅਮ ਦੇ ਨਾਲ-ਨਾਲ ਦੁਨੀਆ ਦੀਆਂ ਮਸ਼ਹੂਰ ਅਖਬਾਰਾਂ ਤੇ ਟੈਲੀਵਿਜ਼ਨ ਚੈਨਲਾਂ ਵਿੱਚ ਦਾ ਗਾਰਡੀਅਨ ਬੀਬੀਸੀ ਵਾਸ਼ਿੰਗਟਨ ਪੋਸਟ ਆਦਿ ਸ਼ਾਮਲ ਹਨ ਨੇ ਹਿੱਸਾ ਲਿਆ ਹੈ ਖਬਰ ਆਪਣੇ ਸੰਪਾਦਕੀ ਪੰਨੇ ਦੇ ਵਿੱਚ ਲਿਖਦਾ ਹੈ ਕਿ ਭਾਰਤ ਵਿੱਚ ਇਹ ਤਬਦੀਸ਼ ਇੰਡੀਅਨ ਐਕਸਪ੍ਰੈਸ ਨੇ ਕੀਤੀ ਅਤੇ ਫਿਰ ਵੀ ਪ੍ਰਕਾਸ਼ਿਤ ਕਰਨੇ ਸ਼ੁਰੂ ਕੀਤੇ ਹਨ ਪਿਛਲੇ ਦਿਨੀ ਅਖਬਾਰ ਨੇ ਅਨਿਲ ਅੰਬਾਨੀ ਨੀਰਾ ਰਾਧਿਆ ਸਚਿੰਤ ਤੰਦੂਲਕਰ ਕਿਰਨ ਮਜ਼ਮੁਦਾਰ ਸ਼ਾ ਅਤੇ ਹੂਰਨਾ ਦਾ ਪੈਸਾ ਦੂਸਰੇ ਦੇਸ਼ਾਂ ਵਿੱਚ ਜਮ੍ਹਾਂ ਹੋਣ ਬਾਰੇ ਸੋਚਣਾ ਦਿੰਦੀ ਹੈ ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀਆਂ ਵਿੱਤੀ ਮਾਮਲਿਆਂ ਬਾਰੇ ਤਵਦੀਸ਼ ਕਰਨ ਵਾਲੀਆਂ ਏਜੰਸੀਆਂ ਤੇ ਰਿਜ਼ਰਵ ਬੈਂਕ ਇਕੱਠੇ ਤੌਰ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਨਗੇ ਇਸ ਤੋਂ ਪਹਿਲਾਂ ਇਸੇ ਅੰਤਰਰਾਸ਼ਟਰੀ ਸੰਸਥਾ ਨੇ ਸਨ 2017 ਵਿੱਚ ਪਨਾਮਾ ਪੇਪਰਜ਼ ਲੀਕ ਕੀਤੇ ਸਨ ਜਿਸ ਵਿੱਚ 20 ਵੱਡੇ ਵਪਾਰੀਆਂ ਸਿਆਸਤਦਾਨਾਂ ਸੰਤਕਾਰਾਂ ਫਿਲਮੀ ਅਦਾਕਾਰਾਂ ਤੇ ਅਪਰਾਧੀਆਂ ਦੇ ਖਾਤਿਆਂ ਬਾਰੇ ਜਾਣਕਾਰੀ ਮੋਹਈਆ ਕਰਵਾਈ ਗਈ ਸੀ ਕਈ ਦੇਸ਼ਾਂ ਵਿੱਚ ਬੜੇ ਗੰਭੀਰ ਤਰੀਕੇ ਨਾਲ ਤਬਦੀਸ਼ ਕੀਤੀ ਗਈ ਅਤੇ ਕਈ ਬਰਸੂਖ ਵਿਅਕਤੀਆਂ ਨੂੰ ਸਜ਼ਾ ਹੋਈ ਤੇ ਅਖਬਾਰ ਲਿਖਦਾ ਹੈ ਕਿ ਭਾਰਤ ਵਿੱਚ ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆਏ ਹਨ ਉਹਨਾਂ ਬਾਰੇ ਕੀਤੀ ਗਈ ਤਬਦੀਸ਼ ਦੇ ਕੋਈ ਵੱਡੇ ਨਤੀਜੇ ਨਹੀਂ ਨਿਕਲੇ ਇਸ ਸੰਸਦਾ ਨੂੰ ਪਨਾਮਾ ਪੇਪਰਜ਼ ਕਾਰ ਅਮਰੀਕਾ ਦਾ ਵੱਡਾ ਇਨਾਮ ਉਹ ਇਨਾਮ ਜਿਹੜਾ ਸੀ ਉਹ ਵੀ ਦਿੱਤਾ ਗਿਆ ਇਹ ਇਨਾਮ ਇਸੇ ਸੰਸਥਾ ਨੂੰ 2014 ਵਿੱਚ ਵੀ ਮਿਲਿਆ ਸੀ ਜਦ ਇਸ ਨਾਲ ਜੁੜੇ ਪੱਤਰਕਾਰਾਂ ਨੇ ਕੋਲੇ ਦੇ ਸੰਤਕਾਰਾਂ ਦੀ ਡਾਕਟਰਾਂ ਦੇ ਵੱਡੇ-ਵੱਡੇ ਹਸਪਤਾਲਾਂ ਨਾਲ ਮਿਲੀ ਭੁਗਤ ਦਾ ਪਰਦਾਫਾਸ਼ ਕੀਤਾ ਸੀ ਕਿਵੇਂ ਉਹਨਾਂ ਨੇ ਕੋਲੇ ਦੀਆਂ ਖਾਨਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸਿਹਤ ਬਾਰੇ ਗਲਤ ਜਾਣਕਾਰੀ ਦਿੱਤੀ ਅਤੇ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਇਲਾਜ ਅਤੇ ਰਾਹਤ ਤੋਂ ਵਾਂਝੇ ਰੱਖਿਆ ਗਿਆ। ਵੱਡੇ ਸੰਤਕਾਰਾਂ ਵਪਾਰੀਆਂ ਸਿਆਸਤਦਾਨਾਂ ਆਦ ਦਾ ਪੈਸਾ ਇਕੱਠਾ ਕਰਕੇ ਵਿਦੇਸ਼ਾਂ ਵਿੱਚ ਜਮ੍ਹਾਂ ਕਰਾਉਣਾ ਕਿਸੇ ਤੋਂ ਲੁਕਿਆ ਛਪਿਆ ਨਹੀਂ ਹੈ ਤੇ ਅਖਬਾਰ ਲਿਖਦਾ ਹੈ ਕਿ ਤਬਦੀਸ਼ ਕਰਨ ਵਾਲੇ ਕੰਸਟੋਰੀਅਮ ਦਾ ਕਹਿਣਾ ਹੈ ਕਿ ਇਹ ਅਪਰਾਧ ਸਿਰਫ ਆਰਥਿਕ ਨਾ ਹੋ ਕੇ ਮਨੁੱਖਤਾ ਦੇ ਵਿਰੁੱਧ ਅਪਰਾਧ ਹੈ ਕਿਉਂਕਿ ਇਸ ਤਰ੍ਹਾਂ ਪੈਸਾ ਸ਼ਿਪਾਕੀ ਇਹ ਵਿਅਕਤੀ ਸਰਕਾਰ ਨੂੰ ਬਣਦਾ ਟੈਕਸ ਨਹੀਂ ਦਿੰਦੇ ਜਿਸ ਕਾਰਨ ਸਿਹਤ ਸਿੱਖਿਆ ਤੇ ਹੋਰ ਜ਼ਰੂਰੀ ਖੇਤਰਾ ਵਿੱਚ ਹੋਣ ਵਾਲੇ ਖਰਚ ਪ੍ਰਭਾਵਿਤ ਹੁੰਦੇ ਹਨ ਜੇ ਅਖਬਾਰ ਲਿਖਦਾ ਹੈ ਕਿ ਇਹ ਵਰਤਾਰਾ ਮਨੁੱਖ ਦੇ ਲਾਲਚ ਦੇ ਦਿਸਖਦਿਆਂ ਨੂੰ ਨੰਗੇ ਕਰ ਦਿਆਂ ਦਰਸਾਉਂਦਾ ਹੈ ਕਿ ਲਾਲਚ ਦੀ ਕੋਈ ਹੱਦ ਨਹੀਂ ਕੋਈ ਹੱਦ ਨਹੀਂ ਕੋਈ ਵੀ ਮਨੁੱਖ ਇੱਕ ਖਾਸ ਹੱਦ ਤੋਂ ਜ਼ਿਆਦਾ ਪੈਸੇ ਦੀ ਵਰਤੋਂ ਨਹੀਂ ਕਰ ਸਕਦਾ ਪਰ ਪੈਸਾ ਅਜਿਹਾ ਅਖਬਾਰ ਕਹਿੰਦਾ ਹੈ ਕਿ ਵਰਤਾਰਾ ਬਣ ਗਿਆ ਹੈ ਜਿਸ ਨੇ ਮਨੁੱਖੀ ਮਨ ਨੂੰ ਗੁਲਾਮ ਬਣਾ ਲਿਆ ਜਿੱਥੇ ਮਨੁੱਖਤਾ ਨੂੰ ਇਸ ਰੁਝਾਨ ਦਾ ਸਾਹਮਣਾ ਕਰਨ ਦੀ ਜ਼ਰੂਰਤ ਹੈ ਉਥੇ ਸਰਕਾਰਾਂ ਨੂੰ ਅਖਬਾਰ ਕਹਿੰਦਾ ਹੈ ਕਿ ਅਜਿਹੇ ਆਰਥਿਕ ਅਪਰਾਧ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਦਮ ਚੁੱਕਣ ਦੀ ਲੋੜ ਹੈ ਸਰਕਾਰਾਂ ਛੋਟੇ ਵਪਾਰੀਆਂ ਤੇ ਸੰਸਥਾਵਾਂ ਵਿਰੁੱਧ ਤਾਂ ਸ਼ਕਤੀ ਵਰਤੀਆਂ ਹਨ ਪਰ ਕਾਰਪੋਰੇਟ ادارے ਦੇ ਮਾਲਕਾਂ ਦੇ ਵਿਰੁੱਧ ਕਾਰਵਾਈ ਕਰਨ ਤੋਂ ਝਿਜਕਦੀਆਂ ਹਨ ਝਿਜਕਦੀਆਂ ਜਾਂ ਕਹਿ ਲਓ ਡਰਦੀਆਂ ਹਨ ਸਰਕਾਰਾਂ ਦੁਆਰਾ ਆਰਥਿਕ ਅਪਰਾਧੀ ਸਰਕਾਰਾਂ ਦੁਆਰਾ ਆਰਥਿਕ ਅਪਰਾਧੀਆਂ ਵਿਰੁੱਧ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ ਲਈ ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਨਾ ਜ਼ਰੂਰੀ ਹੈ ਲਾਮਬੰਦ ਕਰਨਾ ਚਾਹੀਦਾ ਹੈ ਸੰਪਾਦਕੀ ਪੰਨੇ ਦੇ ਵਿੱਚ ਅੱਜ ਇਹ ਅਖਬਾਰ ਦਾ ਸੰਪਾਦਕ ਕਿਹੜਾ ਹੈ ਲੇਖ ਤੁਸੀਂ ਸੁਣਿਆ ਅਖਬਾਰਾਂ ਬੋਲਦੀਆਂ ਸੈਗਮੈਂਟ ਦੇ ਅੱਜ ਹੀ ਛਪਿਆ ਸੋ ਤੁਸੀਂ ਸੁਣਦੇ ਜਾ ਰਹੇ ਹੋ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟ੍ਰਾਂਟ